ਅੱਜ ਮੈਂ ਤੁਹਾਨੂੰ ਸਰ ਪੁੱਛਣਾ ਚਾਹੁੰਦਾ ਸੀ, ਮੇਰੇ ਜ਼ਿਹਨ 'ਚ ਇੱਕ ਸਵਾਲ ਸੀ। ਓਬਵੀਅਸ ਜੀ ਗੱਲ ਹੈ, ਜਿਸ ਤਰ੍ਹਾਂ ਦਾ ਤੁਸੀਂ ਗਾਇਆ, ਸਾਡੇ ਦਰਸ਼ਕਾਂ ਦੀ ਤੁਸੀਂ ਡਿਮਾਂਡ ਪੂਰੀ ਕੀਤੀ। ਮੈਂ ਪਰਫਾਰਮੈਂਸ ਦੇਖੋ ਮੇਰੀ, ਬਹੁਤ ਅੱਛੀ ਪਰਫਾਰਮੈਂਸ ਹੈ ਸਰ, ਬਹੁਤ ਅੱਛੀ। ਸਿਹਤ ਦੇਖੋ ਮੇਰੀ, ਵਾਹ ਵਾਹ। ਇਹ ਹੁਣ ਇਹ ਨਾ ਕਹੋ ਸ਼ਕਲ ਦੇਖੋ ਮੇਰੀ, ਕਿਉਂਕਿ ਇਹ ਹੌਸਲੇ ਵਾਲਾ ਕੰਮ ਹੈ, ਇਹ ਨਹੀਂ ਹੋਣਾ ਸਰ। ਪਤਾ ਕੀ, ਇੱਕ ਹੁੰਦਾ ਹੌਲੀ ਹੌਲੀ, ਇੱਕ ਹੁੰਦਾ ਜਗਦਮ ਸੇਕ ਪੈ ਜਾਣਾ, ਮੇਰੇ ਤੋਂ ਉਹ ਨਹੀਂ ਬਰਦਾਸ਼ਤ ਹੁੰਦਾ। ਡੋਲਾ ਦੇਖੋ ਡੋਲਾ। ਅਤੇ ਅੱਛਾ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਸੀ ਸਰ, ਮੈਨੂੰ ਇਹ ਦੱਸੋ ਕਿ ਤੁਹਾਡੇ ਜਿਹੜੇ ਸ਼ੋਅਜ਼ ਹੈ, ਹਾਂ, ਇਹ ਕਿੱਥੇ ਮਤਲਬ ਲੱਗ ਗਏ ਆ, ਮਤਲਬ ਕਿੱਥੇ ਕਿੱਥੇ ਤੁਸੀਂ ਸ਼ੋਅਜ਼ ਕੀਤੇ ਅੱਜ ਤੱਕ? ਦੇਨਾ ਨਗਰ, ਹੈਂ, ਕੱਥੂ ਨੰਗਲ, ਹੈਂ, ਵਿਗਰਾੜੀ, ਹੈਂ, ਚੂੜ ਚੱਕ, ਹੈਂ, ਮੋਦਗੀ, ਸੋਸਨ, ਬਘੇਲਾ, ਜੋਗੇ ਵਾਲਾ। ਲਓ ਜੀ, ਇਹ ਸਰ ਤੁਸੀਂ ਹੁਲੀਆ ਬਾਹਰ ਵਾਲਾ ਚੁੱਕੀ ਫਿਰਦੇ ਹੋ, ਫੰਕਸ਼ਨ ਤੁਸੀਂ ਲੋਕਲ ਲਾਏ ਆ ਸਾਰੇ। ਦੇਖੋ ਜੀ, ਹਾਥੀ ਦੇ ਦੰਦ ਦਿਖਾਉਣ ਨੂੰ ਕੁਝ ਹੋਰ ਹੁੰਦੇ ਆ, ਖਾਣ ਨੂੰ ਕੁਝ ਹੋਰ ਹੁੰਦੇ ਆ। ਵਾਹ ਜੀ ਵਾਹ, ਤੁਸੀਂ ਕਦੋਂ ਖਾਧੇ ਦੰਦ? ਗਲੇ ਵਿੱਚ ਮਾਲਾ ਹੋਣੀ ਬਹੁਤ ਜ਼ਰੂਰੀ ਆ, ਆਵਾਜ਼ ਹੋਵੇ ਨਾ ਹੋਵੇ। ਤੁਹਾਡੇ ਤਾਂ ਹੈ ਨਹੀਂ। ਅੱਛਾ ਅੱਛਾ ਅੱਛਾ, ਮੈਨੂੰ ਪਤਾ ਇੱਥੇ ਚੋਰਾਂ ਦਾ ਇਲਾਕਾ, ਕੋਈ ਲੁੱਟ ਸਕਦਾ। ਉਹ ਤਾਂ ਗੱਲ ਚਲੋ ਠੀਕ ਹੈ। ਅੱਛਾ, ਮੈਂ ਇੱਕ ਫੋਨ 'ਤੇ ਗੱਲ ਕਰ ਲਵਾਂ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਡਿਤ ਸਰ। ਵਾਹ ਜੀ ਵਾਹ। ਨਿਰਮਲ ਭਾਜੀ, ਕੀ ਹਾਲ ਚਾਲ ਹੈ? ਬਸ ਬਹੁਤ ਵਧੀਆ, ਤੁਸੀਂ ਸੁਣਾਓ ਕਿੱਦਾਂ? ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਸੁਣਾਓ ਸਰ, ਠੀਕ ਹੋ? ਹਾਂਜੀ ਠੀਕ ਠਾਕ ਹੈ ਭਾਜੀ, ਵਧੀਆ। ਹੋਰ ਆਲ ਗੁੱਡ ਜੀ, ਆਲ ਗੁੱਡ। ਹੋਰ ਸੁਣਾਓ। ਤੇ ਆਪਣਾ ਨਿਰਮਲ ਭਾਈ, ਬੜੀ ਦੇਰ ਬਾਅਦ ਫੋਨ ਕੀਤਾ ਤੁਸੀਂ। ਅਸੀਂ ਬਾਹਰ ਗਏ ਸੀ ਯਾਰ ਕਦੇ। ਅੱਛਾ, ਅਸੀਂ ਅੰਦਰ ਹੋ ਗਏ ਸੀ, ਇਹਦਾ ਮਤਲਬ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਮਤਲਬ ਨੋਰਮਲ ਜਿਹਾ। ਮੈਂ ਮਾੜਾ ਜਿਹਾ ਕੈਨੇਡਾ ਗਏ, ਐਕਚੁਅਲੀ ਪਰਸੋਂ ਮੇਰਾ ਇੱਕ ਕੰਮ ਫਸਿਆ ਸੀ, ਮੈਨੂੰ ਪੈਰਿਸ ਜਾਣਾ ਪੈ ਗਿਆ। ਨਹੀਂ ਨਹੀਂ, ਉਸ ਤੋਂ ਪਹਿਲਾਂ ਮੈਂ ਯੂਰਪ 'ਚ 3 ਦਿਨ ਕੱਟੇ ਆ, ਬਸ ਉਸ ਤੋਂ ਬਾਅਦ ਐਟਲਾਂਟਾ ਮੇਰਾ ਅਚਾਨਕ ਗੇੜਾ ਲੱਗਾ, ਤੇ ਸਾਡੇ ਵਰਗੀਆਂ ਗੱਲਾਂ ਕਹਿੰਦੀਆਂ। ਆ ਮੈਂ ਜਾਣਾ ਪਰਸੋਂ ਚੌਂਕ 'ਚ, ਇੱਥੇ ਚੌਂਕ 'ਚ ਮੈਂ ਲੇਬਰ ਲੈ ਕੇ ਨਾ, ਤੇ ਉੱਧਰੋਂ ਮੈਂ ਬਰਗਾੜੀ ਪਿੰਡ ਵੱਲੋਂ ਹੋ ਕੇ ਤੇ ਨਹਿਰੋ ਨਹਿਰ ਪੈ ਜਾਣਾ। ਇਹ ਸਾਡੇ ਇੱਧਰ ਦੇ ਹਿਸਾਬ ਕਿਤਾਬ। ਚਲੋ ਜਨਾਬ, ਮੈਂ ਕਹਿੰਦਾ ਸੀ, ਹੈ ਜਨਾਬ, ਹਾਂ, ਮੈਂ ਕਹਿੰਦਾ ਸੀ ਇਹੋ ਜਿਹੇ ਕੰਮ ਸਾਨੂੰ ਵੀ ਪੈਣ ਜੀ। ਕਿਹੜੇ? ਮੈਂ ਅੱਗੇ ਆਇਆ ਬੇਟਾ, ਸਿਰਫ ਤੈਨੂੰ ਕੰਮ ਨਹੀਂ, ਤੈਨੂੰ ਸਿਰਫ ਕੁੱਤੇ ਪੈ ਸਕਦੇ ਆ ਜਿਹੜੇ ਅੱਜ ਤੱਕ ਪਏ ਆ, ਤੇ ਜਾਂ ਵੀ ਡੰਡੇ ਪੈ ਸਕਦੇ ਆ। ਹਾਂ, ਉਹ ਵੀ ਤੈਨੂੰ ਅੱਜ ਤੱਕ ਪਏ ਹੀ ਆ। ਤੇ ਸਰ ਇਹੋ ਜਿਹਾ ਚੂਹਾ ਹੁੰਦਾ, ਹਾਂ, ਜਿਹੜਾ ਇਹੋ ਜਿਹਾ ਇੰਨਾ ਚੂਹਾ ਹੁੰਦਾ ਜਿਹੜਾ ਜਾਣ ਬੁੱਝ ਕੇ ਬਿੱਲੀ ਵਿੱਚ ਆਪੇ ਵੱਜ ਜਾਂਦਾ ਹੁੰਦਾ। ਇਹ ਵੀ ਗੱਲ ਠੀਕ ਹੈ ਤੁਹਾਡੀ, ਇਹ ਅੱਛੀ ਗੱਲ ਹੈ। ਨਿਰਮਲ ਭਾਈ ਫੋਨ ਹੀ ਕੱਟ ਗਏ, ਉਹ ਸਰ ਅਸੀਂ ਤੁਹਾਡੇ ਨਾਲ ਗੱਲ ਕਰ ਲੱਗੇ, ਇੱਧਰ ਥੋੜੀ ਗੱਲ ਵੱਧ ਗਈ ਸੀ, ਕੋਈ ਐਸੀ ਗੱਲ ਨਹੀਂ। ਅੱਛਾ, ਮੈਂ ਹੁਣ ਤੁਹਾਨੂੰ ਪੁੱਛਣਾ ਚਾਹ ਰਿਹਾ ਸੀ ਜੀ ਜੀ ਕਿ ਅੱਛਾ, ਜਿਹੜੇ ਪਿੰਡਾਂ 'ਚ ਤੁਸੀਂ ਸ਼ੋਅ ਲਾਏ ਆ, ਹਾਂਜੀ, ਤੇ ਕੀ ਚਾਰਜਿਸ ਤੁਸੀਂ ਕੀ ਲਾਉਂਦੇ ਹੋ? ਚਾਰਜਿਸ ਪਹਿਲਾਂ ਤਾਂ ਮੈਂ ਰੋਟੀ 'ਤੇ ਜਾਂਦਾ ਸੀ, ਹਾਂ, ਹੁਣ ਕੁਲਚੇ 'ਤੇ ਜਾਂਦਾ। ਓਹੋ, ਮਤਲਬ ਕੁਲਚੇ ਹੋਣੇ ਚਾਹੀਦੇ? ਬਿਲਕੁਲ। ਤੇ ਛੋਲੇ ਕਿੰਨੇ ਨਾਲ? ਬਸ ਭਰਵੇਂ ਹੋਣੇ ਚਾਹੀਦੇ ਆ, ਰੋਦਾ ਨਹੀਂ, ਖਾਲੀ ਕੁਲਚੇ ਨਹੀਂ? ਨਾ ਨਾ, ਬਿਲਕੁਲ ਨਹੀਂ। ਤੁਹਾਨੂੰ ਪਤਾ ਤੰਦੂਰ ਦੇ ਵਿੱਚ ਜਿਹੜਾ ਸਭ ਤੋਂ ਥੱਲੇ ਕੁਲਚਾ ਲੱਗਿਆ ਹੁੰਦਾ ਨਾਲ, ਤੇ ਪ੍ਰੋਪਰ ਸੜ ਜਾਂਦਾ। ਬਿਲਕੁਲ ਬਿਲਕੁਲ, ਬੜਾ ਟੇਸਟ ਦਿੰਦਾ। ਉਹਦੇ ਵਰਗਾ ਮੂੰਹ ਹੈ ਤੁਹਾਡਾ ਭਾਜੀ, ਉਹ ਜਿਹਨੂੰ ਐਂ ਝਾੜੀਏ ਤੇ ਸਾਰਾ ਉੱਤੋਂ ਝੜ ਜਾਂਦਾ, ਤੇ ਆਟਾ ਆਟਾ ਰਹਿ ਜਾਂਦਾ ਸਿਰਫ ਮੈਦਾ। ਬੜੀ ਸਮਝਾਈ ਤੁਹਾਨੂੰ? ਠੀਕ ਹੈ, ਪਰ ਅੱਛਾ, ਮੈਂ ਇੱਕ ਮਿੰਟ ਰੁਕੋ ਜਰਾ, ਮੈਂ ਤੁਹਾਨੂੰ ਉਹੀ ਕਿਹਾ ਕਿ ਬਾਰ ਬਾਰ ਥੋੜ੍ਹਾ ਯਾਦ ਰੱਖਿਆ ਕਰੋ ਕਿ ਬਈ ਅੱਜ ਗਾਣਾ ਗੁਣਾ ਵੀ ਸੁਣਾਉਣਾ, ਤੁਸੀਂ ਮਾਹੌਲ ਉੱਦਾਂ ਦਾ ਰੱਖਣਾ, ਮਿਊਜ਼ੀਕਲ ਥੋੜ੍ਹਾ ਜਿਹਾ। ਚੱਲ ਅਬ ਜੀ, ਤੂੰ ਸੁਣਾ ਹੁਣ ਗਾਣਾ। ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ, ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ, ਇਹਨਾਂ ਬੋਤਲਾਂ 'ਚ ਸਿਪ ਸਿਪ ਪੀਵੇ, ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ, ਇਹਨਾਂ ਬੋਤਲਾਂ 'ਚ ਸਿਪ ਸਿਪ ਪੀਵੇ, ਚੜ੍ਹਦੀ ਜਵਾਨੀ ਮੇਰੇ ਅੱਡ ਮੁੰਡਿਆ, ਚੜ੍ਹਦੀ ਜਵਾਨੀ ਮੇਰੇ ਅੱਡ ਮੁੰਡਿਆ। ਮੈਂ ਭੁੱਲ ਗਈ, ਬੋਲੋ ਐਂਡ ਤੇ ਗੱਲ ਹੋਈ ਆ ਨਾ, ਐਂਡ ਕਰਾ ਦਿੰਦੀ ਹੈ ਵੀ ਕੁੜੀ। ਜਨਾਬ, ਦਾਰੂ ਤੇ ਆ ਗਈ ਹੈ, ਖਰਾ ਮੈਂ ਲੈ ਉਹਨਾਂ ਨਮਕੀਨ, ਤੁਸੀਂ ਮੰਗਾ ਲਓ ਜੀ। ਵਾਹ 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 ਵਾਹ, ਬੇਟਾ ਮਿਕਸ ਭੁਜੀ ਵਰਗਾ ਮੂੰਹ ਆ ਤੇਰਾ, ਓਏ ਤੂੰ ਬੈਠੇ ਠਾਣੇ ਜਿੱਥੇ ਗੱਲਾਂ ਕਰ ਲਾ ਪਏ ਸ਼ਰਾਬ। ਨਾਲੇ ਜਨਾਬ, ਸ਼ਰਾਬ ਕਿੱਥੋਂ ਆ ਗਈ ਹੈ? ਮੈਡਮ ਕਹਿੰਦੀ ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ। ਓ ਜੂਨੀਅਰ, ਮੈਨੂੰ ਜਦ ਬਕਵਾਸ ਹੀ ਮੈਂ ਚੈੱਕ ਚਾਹ ਨਾ ਅੰਡੇ ਘਰੇ ਚ ਪਾਣੀ ਪਿਆ, ਥੋੜੀ ਜੀ ਪਾਹ ਭਲਾ ਦੇਖੀ ਇੱਕ ਲਾ ਕੇ ਠੀਕ ਰਹਿੰਦੀ। ਸਰ ਪਹਿਲਾਂ ਮੈਨੂੰ ਇੱਕ ਜਵਾਬ ਦਿਓ। ਹਾਂ, ਚੱਲ ਤੈਨੂੰ ਮੇਰੇ ਵੱਲੋਂ ਜਵਾਬ ਹੈ, ਜਾ ਸਾਡੇ ਵੱਲੋਂ ਵੀ। ਇੱਕ ਮਿੰਟ, ਹੈਲੋ ਹੈਲੋ ਹੈਲੋ, ਕੇ ਯੂ ਐਲ ਐਸ ਯੂ ਐਮ, ਹਾਂ, ਕੰਗ ਗਈ ਤੁਹਾਡੇ ਵੱਲੇ ਹੋ ਗਈ। ਹੈਲੋ ਹੈਲੋ, ਆਵਾਜ਼ ਨਹੀਂ ਆ ਸਰ। 3 ਗੋਲੀਆਂ ਸ਼ਾਮੀ, 3 ਸਵੇਰੇ ਤੇ 3 ਦੁਪਹਿਰੀ।
ਹੌਲੀ ਹੌਲੀ ਗਿੱਧੇ ਵਿੱਚ ਨੱਚ ਬਦਲੋ ਨੀ ਕਿਤੇ ਲੱਕਣਾ ਮਰੋੜਾ ਖਾ ਜਾਵੇ ਹੌਲੀ ਹੌਲੀ ਗਿੱਧੇ ਵਿੱਚ ਨੱਚ ਬਦਲੋ ਨੀ ਕਿਤੇ ਲੱਕਣਾ ਮਰੋੜਾ ਖਾ ਜਾ ਵੇ ਯਾ ਬੇਬੀ ਹਾਂ ਬੀਬੀ ਹਾਂ ਪਾਪਾ ਹਾਂ ਚਾਚਾ ਚਾਚਾ ਕਹਿੰਦਾ ਮੈਨੂੰ ਗਾਫੀ ਸਾ ਹਈ ਉਹ ਖਲੋ ਜਾ ਕੀ ਹੋਇਆ ਤੈਨੂੰ ਜਨਾਬ ਇੱਕ ਮਿੰਟ ਇਹ ਜਦੋਂ ਤੁਸੀਂ ਗਾਣਾ ਗਾਉਂਦੇ ਹੋ ਤੇ ਮਹੱਲੇ ਦੀ ਤੋਸ਼ੀ ਆਂਟੀ ਤੁਹਾਡੇ 'ਚ ਕਿੱਥੋਂ ਆ ਜਾਂਦੀ ਜਦੋਂ ਤੁਸੀਂ ਲੱਕ ਮਾਰ ਲੱਕ ਪਰਫੋਰਮ ਕਰਕੇ ਦੱਸਣਾ ਪੈਂਦਾ ਲੋਕਾਂ ਨੂੰ ਇਮੈਜਿਨ ਕਰਾਉਣਾ ਪੈਂਦਾ ਵਾਹ ਵਾਹ ਅੱਛਾ ਤੁਸੀਂ ਮੈਂ ਸੁਣਿਆ ਤੁਸੀਂ ਰੈਪ ਰੂਪ ਵੀ ਕਰਦੇ ਆਪਣੇ ਗਾਣਿਆਂ 'ਚ ਸਾਰਾ ਕੁਝ ਕਰੀਦਾ ਜੀ ਟੋਟਲ ਆਲ ਓਵਰ ਕੰਟਰੀ ਆਫ ਸੋਸ਼ਲ ਮੀਡੀਆ ਅੱਛਾ ਅੱਛਾ ਤੇ ਕੋਈ ਸੁਣਾਓ ਕੋਈ ਰੈਪ ਸੁਣਾਓ ਸਾਨੂੰ ਕੋਈ ਮੇਰੇ ਯਾਰ ਮੇਰੇ ਯਾਰ ਮੈਨੂੰ ਪਿਆਰ ਕਰਦੇ ਉਹ ਆਉਂਦਾ ਨਾ ਉਹ ਪਤਾ ਨੀ ਬੋਮੀਆ ਸਾਹਿਬ ਕੌਣ ਨੇ ਉਹ ਵੀ ਪਾਉਂਦੇ ਮੇਰੇ ਰੈਪ 'ਚ ਏਦਾਂ ਕੁਛ ਨੀ ਆਉਂਦਾ ਅੱਛਾ ਅੱਛਾ ਉਹਦੇ 'ਚ ਕੀ ਆਉਂਦਾ ਸਾਫ ਸੁਧਰਾ ਰੈਪ ਭਾਜੀ ਮੇਰੇ ਯਾਰ ਮੇਰੇ ਮੋਢੇ ਤਲਵਾਰ ਤੁਹਾਡੇ ਯਾਰ ਤੁਹਾਡੇ ਮੋਢੇ ਤੋਂ ਤਲਵਾਰ ਰੱਖ ਦਿੰਦੇ ਨਹੀਂ ਮਤਲਬ ਮੋਢੇ ਤੇਰੀ ਤਲਵਾਰ ਅੱਛਾ ਅੱਛਾ ਮੇਰੇ ਯਾਰ ਮੋਢੇ ਤੇਰੀ ਤਲਵਾਰ ਹਾਂ ਚੱਲ ਬਾਹਰ ਏਦਾਂ ਨੀ ਜੁੜਦਾ ਕੁਛ ਨਾਲ ਨਹੀਂ ਏਦਾਂ ਨੀ ਮੇਰੇ ਯਾਰ ਮੋਢੇ ਤਲਵਾਰ ਮੈਨੂੰ ਕਰ ਦੇ ਆ ਪਿਆਰ ਜਿਹੜਾ ਮੈਨੂੰ ਕੁਝ ਬੋਲੇ ਉਹਦੀ ਵੱਖੀ ਦਿੰਦੇ ਪਾ ਵਾਹ ਵਾਹ ਬਾਰੇ ਕੰਗੀ ਕਰ ਉਹਦੇ ਤੇ ਆਪਣੇ ਆਪ ਨੂੰ ਵਿਸਾਰ ਬਾਤ ਅਖਲਾਰ ਓ ਯਾਰ ਕਿਹੜਾ ਰੈਪ ਹੁੰਦਾ ਜਿੱਦ ਤੁਸੀਂ ਨਾਲ ਨਾਲ ਜੋੜ ਜੋੜ ਕੇ ਹੋਰ ਹੀ ਘਰ ਦੀਆਂ ਗੱਲਾਂ ਦੱਸਦੇ ਰਹਿੰਦੇ ਲੈ ਹੋਰ ਤੈਨੂੰ ਤਾਜ਼ਾ ਸੁਣਾਓ ਮੌਕੇ ਦੀ ਗਿੱਲਾ ਗਿੱਲਾ ਅੱਛਾ ਮੇਰੇ ਯਾਰ ਮੈਨੂੰ ਪਿਆਰ ਕਰਦੇ ਆ ਇਹ ਸਾਰਾ ਕੁਛ ਯਾਰਾਂ ਤੇ ਕਿਉਂ ਆਉਂਦਾ ਹੈ ਯਾਰ ਪਿਆਰ ਕਰਦੇ ਆ ਯਾਰ ਤਲਵਾਰ ਰੱਖ ਦਿੰਦੇ ਆ ਯਾਰ ਖੁਰ ਕਰਨ ਲੱਗ ਪੈਂਦੇ ਆ ਯਾਰ ਤੁਰ ਪਏ ਯਾਰ ਗੱਡੀਆਂ 'ਚ ਸ਼ੀਸ਼ੇ ਬੰਦ ਧੂੰਆਂ ਅੰਦਰ ਕੀ ਹੋਇਆ ਹੋਰ ਕੋਈ ਗੱਲ ਨਹੀਂ ਤੇ ਸਰ ਇਹੋ ਜਿਹੀ ਸ਼ਕਲ ਵਾਲੀ ਨੂੰ ਕੁੜੀ ਮਿਲੇਗੀ ਕਿੱਥੋਂ ਉਹ ਵੀ ਗੱਲ ਠੀਕ ਪੁੱਤਰ ਜੇ ਵੀ ਠੀਕ ਵੀ ਦਿਨ ਤਾਂ ਵੀ ਨਹੀਂ ਮਿਲਣੀ ਇਹਦੇ ਯੋਗ 'ਚ ਹੀ ਨਹੀਂ ਲਿਖੀ ਸਰ ਤੁਸੀਂ ਗੌਰ ਨਾਲ ਕਿਉਂ ਨਹੀਂ ਦੇਖਦੇ ਜਿਹੜਾ ਕਲੀ ਕਰਨ ਵਾਲਾ ਕੁੱਚੀ ਨਹੀਂ ਹੁੰਦੀ ਇਹੋ ਜਿਹਾ ਮੂੰਹ ਨਿਕਲਾਉਂਦੇ ਤੇ ਦੋ ਤਿੰਨ ਵਾਰੀ ਕਰੀਏ ਸੰਡੇ ਤੋਂ ਬਾਅਦ ਤੇ ਮੰਡੇ ਤੇ ਜਦੋਂ ਉਹੀ ਕੁੱਚੀ ਵੱਟ ਕੇ ਕੰਧ 'ਚ ਮਾਰੀ ਨਾ ਇੱਟਾਂ ਵਾਲੀ ਕੰਧ 'ਚ ਹਾਂ ਇਹੋ ਜਿਹਾ ਛਾਪਾ ਲੱਗਦਾ ਹੀ ਪਰ ਪੂਰਾ ਅੱਛਾ ਸੁਣਾਓ ਅਗਲਾ ਰੈਪ ਕਿਆ ਛਾਪਾ ਮਾਰਿਆ ਹਾਂਜੀ ਹਾਂਜੀ ਲਓ ਰੈਪ ਸੁਣੋ ਮੇਰੇ ਯਾਰ ਮੈਨੂੰ ਪਿਆਰ ਕਰਦੇ ਬੜਾ ਹੌਸਲਾ ਹੈ ਉਹਨਾਂ ਦਾ ਮੈਨੂੰ ਚੀਜ਼ੀ ਦਿੰਦੇ ਆ ਕੀ ਦਿੰਦੇ ਆ ਚੀਜ਼ੀ ਦਿੰਦੇ ਆ ਵਾਹ 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 ਮੈਨੂੰ ਆਹ ਤੂੰ ਯੂ ਕੇਜੀ ਚ ਪੜਦਾ ਨਾ ਤੈਨੂੰ ਚੀਜ਼ੀ ਦੇ ਕੇ ਤੋਰਦੇ ਆ ਅੱਛਾ ਫੇਰ ਮੈਨੂੰ ਚੀਜ਼ੀ ਦਿੰਦੇ ਆ ਮੈਨੂੰ ਟਰੈਕਟਰ ਦਿੰਦੇ ਆ ਕੀ ਦਿੰਦੇ ਆ ਟਰੈਕਟਰ ਟਰੈਕਟਰ ਦਿੰਦੇ ਆ ਮੈਨੂੰ ਤੇਰਾ ਬੜਾ ਅਮੀਰ ਯਾਰ ਆ ਯਾਰ ਬਾਅਦ ਚ ਕਹਿੰਦੇ ਮੈਨੂੰ ਪੈਲੀ ਦਿੰਦੇ ਆ ਫਿਰ ਮੈਨੂੰ ਬਾਹਰ ਨੂੰ ਕਹਿੰਦੇ ਆ ਫਿਰ ਮੈਨੂੰ ਸ਼ਾਮ ਨੂੰ ਦਿਹਾੜੀ ਵੀ ਦਿੰਦੇ ਆ ਪੁੱਤਰ ਘਰ ਦੀਆਂ ਗੱਲਾਂ ਨਾ ਸੁਣਾਓ ਮੈਨੂੰ ਰੈਪ ਦੀ ਗੱਲ ਕਰੋ ਕੋਈ ਮੈਨੂੰ ਪਿਆਰ ਕਰਦੇ ਆ ਮੈਨੂੰ ਫੋਨ ਦਿੰਦੇ ਆ ਕਹਿੰਦੇ ਵੀਡੀਓ ਦੇ ਦਿੰਦੇ ਪਾਇਆ ਕਰ ਕੀ ਪਾਇਆ ਕਰ ਵੀਡੀਓ ਪਾਇਆ ਕਰ ਓ ਯਾਰ ਮੇਰੇ ਇੱਥੇ ਵੀ ਚੰਗਾ ਵੀ ਗਾਏਗਾ ਯਾਰ ਉਹਨਾਂ ਨੇ ਇਹ ਨਹੀਂ ਕਿਹਾ ਤੈਨੂੰ ਇਹ ਕਹਿ ਤਾਂ ਵੀਡੀਓ ਪਾਇਆ ਕਰ ਇਹ ਨਹੀਂ ਕਿਹਾ ਕਿ ਚੰਗਾ ਵੀ ਗਾਇਆ ਕਰ ਬਸ ਮੇਰੇ ਯਾਰਾਂ ਦੇ ਵਿੱਚ ਨਾ ਆਉਣਾ ਚਾਹੀਦਾ ਉਹਨਾਂ ਨੂੰ ਗਾਣੇ ਦਾ ਕੋਈ ਮਤਲਬ ਨਹੀਂ ਅੱਛਾ ਹਜੇ ਤੱਕ ਰੈਪ 'ਚ ਯਾਰਾਂ ਦਾ ਨਾਂ ਤਾਂ ਆਇਆ ਨਹੀਂ ਮੇਰਾ ਯਾਰ ਮੇਰਾ ਹੈ ਪਿਆਰ ਹਾਂ ਮੇਰਾ ਯਾਰ ਮੇਰਾ ਹੈ ਪਿਆਰ ਸੱਚ ਤੁਹਾਡੇ ਕੋਲ ਪਿਆ ਹੈ ਯਾਰ ਹੈ ਤੇ ਫਿਰ ਠੋਕੋ ਇਹਨਾਂ ਨੂੰ ਇਹ ਇੱਕ ਮਿੰਟ ਨਹੀਂ ਉਹ ਮੈਂ ਭੁੱਲ ਗਿਆ ਅੱਜ ਗੱਡੀ 'ਚ ਪਿਆ ਹੋਣਾ ਉਹ ਇਹਦਾ ਆਪਣਾ ਦਿਲ ਹੋ ਗਿਆ ਸਰ ਬਹੁਤ ਟਾਈਮ ਹੋ ਗਿਆ ਸੀ ਇਨਕਾਊਂਟਰ ਨਹੀਂ ਕੀਤਾ ਨਾ ਕੋਈ ਹਾਂ ਮੈਨੂੰ ਵੀ ਲੱਗਦਾ ਕਾਫੀ ਟਾਈਮ ਹੋ ਗਿਆ ਆਪਾਂ ਇੱਕ ਅੱਧਾ ਕਰ ਹੀ ਲਈਏ ਕਰੀ ਦੋ ਸਰ ਮੈਂ ਇੱਕ ਮਿੰਟ ਇੱਕੋ ਚੰਗਾ ਜਿਹਾ ਗੀਤ ਸੁਣਾ ਦੋ ਫਿਰ ਆਪਾਂ ਆ ਤੁਸੀਂ ਕੋਈ ਡਿਊਟ ਕਿਉਂ ਨਹੀਂ ਸੁਣਾ ਦਿੰਦੇ ਮੈਂ ਤਿਆਰ ਹਾਂ ਇਹਨਾਂ ਨੂੰ ਫਟਾਫਟ ਫਿਰ ਟਾਈਮ ਵੀ ਹੋਣ ਵਾਲਾ ਫਟਾਫਟ ਮੁੰਡਿਆਂ ਦੇ ਵਿੱਚ ਗੱਲ ਨਾ ਕਰੋ ਛਿੜ ਪਈ ਸੀ ਤੇਰੀ ਗੱਲ ਨਾ ਕਰੋ ਜਦੋਂ ਦਿਲ ਲੈਣੇ ਵੇ ਤਦੋਂ ਤੀਸ ਦਿਲਾਂ ਵਿੱਚ ਪੈਂਦੀ ਕਦ ਹੋ ਮਟਿਆਰ ਗਈ ਜਦੋਂ ਸੀ ਮੈਂ ਨਾਨਕੇ ਰਹਿੰਦੀ ਇਹ ਉਦੋਂ ਮਟਿਆਰ ਹੋ ਗਈ ਜਦੋਂ ਸੀ ਤੂੰ ਠਾਣੇ ਵਿੱਚ ਰਹਿੰਦਾ ਇਹ ਉਦੋਂ ਹੋ ਮਟਿਆਰ ਗਈ ਜਦੋਂ ਸੀ ਨਾਨਕੇ ਰਹਿੰਦੀ ਨਾਨਕਿਆਂ ਕੋਲੇ ਜਾ ਕੇ ਵਿਗੜ ਗਈ ਇਹਨੇ ਝੁਮਕੇ ਪਾਏ ਇਹਨੇ ਸੁਰਖੀ ਲਾਈ ਇਹਨੇ ਮਹਿੰਦੀ ਲਾਈ ਇਹਦੇ ਮੇਕਅਪ ਲੱਗਾ ਤੈਨੂੰ ਇਹ ਸਾਰੀਆਂ ਗੱਲਾਂ ਦਾ ਕਿੱਦਾਂ ਪਤਾ ਹੈ ਕਿੱਦਾਂ ਪਤਾ ਓਏ ਕਿੱਦਾਂ ਪਤਾ ਕੀ ਬਣਿਆ ਕੀ ਹੋਇਆ ਤੂੰ ਆਪਣੇ ਆਪ 'ਚ ਮੈਂ ਵੀ ਉੱਥੇ ਰਹਿੰਦਾ ਸੀ ਅੱਛਾ ਇਸੇ ਗਲੀ ਦੇ ਮਹੱਲੇ ਵਿੱਚ ਤੂੰ ਰੰਗਲੇ ਚੂਚੇ ਵੇਚਦਾ ਰਿਹਾ ਤੈਨੂੰ ਕਿੱਦਾਂ ਪਤਾ ਆ ਇਹ ਤੁਹਾਡੇ ਵਰਗੇ ਆਰਟਿਸਟ ਨੂੰ ਮੈਂ ਸਭ ਜਾਣਦਾ ਜਰਾ ਆਪਣੀ ਸ਼ਕਲ ਦੇਖ ਗੌਰ ਨਾਲ ਕਹਿ ਜਿਹਾ ਹੋ ਗਿਆ ਤੂੰ ਦੇਖ ਲਿਆ ਪੁੱਤਰ ਐਦਾਂ ਲੱਗਦਾ ਕਿ ਪਹਿਲੀ ਘਾਤਕ ਫਿਲਮ ਹੈ ਜਿਹ 'ਚ ਸੰਨੀ ਦਿਓਲ ਨੂੰ ਬਦਲਾ ਮਿਲਿਆ ਹੀ ਨਹੀਂ ਉਹਨੂੰ ਮੌਕਾ ਹੀ ਨਹੀਂ ਦਿੱਤਾ ਕਿ ਬਦਲਾ ਲੈ ਕੈਸਾ ਤੂੰ ਮਤਲਬ
ਸ਼ਗਲ ਲੈ ਕੇ ਵੜ ਗਿਆ ਇੱਥੇ ਮੇਰੇ ਫੇਰ ਨਾ ਕਦੀ ਮੇਰੇ ਯਾਰ ਤੇਰੇ ਜਿਹੜੇ ਯਾਰ ਉਹ ਸਾਰੇ ਇੱਥੇ ਲੈਣੇ ਬਾਬਲਾ ਤੇ ਦੇਣੇ ਖਲਾਸ ਕਿਸੇ ਨੇ ਇਦਾਂ ਮੈਂ ਵੀ ਗੱਲ ਕਰਦੀ ਨਾ ਖਤਰਨਾਕ ਸਟੰਟਮੈਨ ਰਹੇ ਮੇਰੇ ਫਾਦਰ ਸਾਹਿਬ ਤੁਹਾਡੇ ਵੀ ਫਾਦਰ ਹੁੰਦੇ ਆ ਹੁੰਦੇ ਆ ਹੋਰ ਇਹਨਾਂ ਦੇ ਹੁੰਦੇ ਆ ਅੱਛਾ ਮੈਨੂੰ ਲੱਗਾ ਓ ਵਾਹ ਮੇਰੇ ਯਾਰ ਮੈਂ ਵੀ ਬਣ ਗਿਆ ਰੈਪਰ ਯਾ ਯਾ ਯਾ